ਹੈਲੋ ਫਰੈਂਡਸ ਆਪ ਜੀ ਦਾ ਸਾਡੇ YouTube ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਸੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ETT ਦੀ 635 ਭਰਤੀ ਦੇ ਬਾਰੇ ਸੋ ਇਹ ਤੁਸੀਂ ਦੇਖ ਸਕਦੇ ਹੋ ਤੁਸੀਂ ਅਫੀਸ਼ੀਅਲ ਅਪਡੇਟ ਹੈ ਲਿਖਿਆ ਹੈ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ SC ਠੀਕ ਹੈ ਜੀ ਤਰੰਤਰਨ ਵੱਲੋਂ ਇਹ ਡਿਫਰੈਂਟ ਡਿਫਰੈਂਡ ਜਿਹੜੇ ਹੈਗੇ ਹੈ ਸਕੂਲਸ ਅਤੇ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਵਿਸ਼ਾ ਦੇਖ ਸਕਦੇ ਹੋ ਅਧਿਆਪਕਾਂ ਦਾ ਡਾਟਾ E ਪੋਰਟਲ ਤੇ ਅਪਡੇਟ ਕਰਨ ਸੰਬੰਧੀ ਠੀਕ ਹੈ ਜੜਾਈ ਪੰਜਾਬ ਦੇ ਵੀ ਡਾਟਾ ਪੋਰਟਲ ਤੇ ਅਪਡੇਟ ਕਰਨ ਸੰਬੰਧੀ ਆ ਦੱਸਿਆ ਵਿਸ਼ਾ ਅੰਕਿਤ ਦੇ ਸੰਬੰਧਿਤ ਵਿੱਚ ਆਪ ਨੂੰ ਪਹਿਲਾਂ ਵੀ ਕਈ ਵਾਰ ਆਪ ਦੇ ਅਧੀਨ ਕੰਮ ਕਰਦੇ ਤੇ ਆਪਕਾ ਦਾ ਡਾਟਾ ਈ ਪੋਰਟਲ ਤੇ ਅਪਡੇਟ ਕਰਨ ਲਈ ਠੀਕ ਹੈ ਜੀ ਕਿਹਾ ਗਿਆ ਹੈ ਹੁਣ ਮੇਨ ਚੀਜ਼ ਦੇਖੋ ਹਾਈਲਾਈਟ ਕੀਤੀ ਗਈ ਹੈ ਹੁਣ ਵਿਭਾਗ ਵੱਲੋਂ ਬਹੁਤ ਹੀ ਜਲਡ 6420 ईटीटी ਆਪਕਾਂ ਦੀ ਪ੍ਰਤੀ ਕੀਤੀ ਜਾ ਰਹੀ ਹੈ ਇਸ ਸੰਬੰਧੀ ਵਾਗ ਨੂੰ ਸੂਚਨਾ ਵੀ ਠੀਕ ਹੈ ਮਹੱਈਆ ਕਰਵਾਈ ਜਾਣੀ ਹੈ ਜਿਵੇਂ ਕਿ ITD ਦੀ ਅਪਡੇਟ ਵੈਕੈਂਸੀ ਕੈਟਾਗਰੀ ਵਾਈਜ਼ ਖਾਲੀ ਪੋਸਟਾਂ ਦਾ ਵੇਰਵਾ ਆਦਿ ਸੋਨ ਹੁਣ ਮੈਂ ਗੱਲ ਕਰਦੇ ਹਾਂ ਜੀ ਅਗਲੀ ਥਾਂ ਲਈ ਰੀਲਾਈਨਮੈਂਡ ਲਾਈਨ ਕੀਤੀ ਹੈ ਭਰਤੀ ਕਰਦੇ ਸਮੇਂ ਵਿਭਾਗ ਨੂੰ ਕਿਸੇ ਕਿਸਮ ਦੀ ਔਕੜ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਦੀ ਨੀ ਰੋਲ ਜ਼ਿੰਮੇਵਾਰੀ ਸੰਬੰਧਿਤ BPOs ਦੀ ਹੋਵੇਗੀ ਮਤਲਬ ਕਿ ਸਕੂਲ ਵਿੱਚ ਪੋਸਟਾਂ ਵੈਰਾ ਫੁੱਲ ਹੋਣੀਆਂ ਚਾਹ ਮਤਲਬ ਫਿਲ ਹੋਣੀਆਂ ਚਾਹੀਦੀਆਂ ਕੋਈ ਬਲੈਂਕ ਨਹੀਂ ਹੋਣੀ ਚਾਹੀਦੀ ਖਾਲੀ ਨਹੀਂ ਹੋਣੀ ਚਾਹੀਦੀ ਵੈਕੈਂਟ ਨਹੀਂ ਹੋਣੀ ਚਾਹੀਦੀ ਅਗਰ ਹੋਈ ਤਾ ਬੀਪੀਓ ਦੀ ਸੈਡਰ ਦੀ ਹੋਊਗੀ ਤਾਂ ਬਾਕੀ ਦੱਸਿਆ ਜਿਹੜੇ ਉਦਾਹਰਣ ਵਜੋਂ ਅਸਲੀ ਅਸਲ ਕੈਟਾਗਰੀ ਠੀਕ ਹੈ ਸਿਲੈਕਸ਼ਨ ਕੈਟਾਗਰੀ ਨਿਯੁਕਤੀ ਦੀ ਮਿਤੀ ਅਤੇ ਨਿਯੁਕਤੀ ਪੱਤਰ ਲਿਖੀ ਹੋਵੇ ਹਾਜ਼ਰੀ ਦੀ ਮਿਤੀ ਮਤਲਬ ਸਰੀ ਡਿਟੇਲਿੰਗ ਨਾਲ ਮੰਗੀ ਆ ਉਹ ਸਾਰੀ ਦਿੱਤੀ ਆਉਣੀ ਚਾਹੀਦੀ ਹੈ ਸ ਬਾਕੀ ਭੜਤੀ ਜਲਦੀ ਸਿਰੇ ਚੜ ਜਾਣੀ ਤੁਹਾਨੂੰ ਪਤਾ ਪ੍ਰਿੰਸੀਪਲ ਦੀ डिफरेंट डिफरेंट ਸਕੂਲਾਂ ਦੇ ਮੀਟਿੰਗਸ ਇੱਕ ਮੈਂ ਲੈਟਰ ਪਾਇਆ ਸੀ ਉਹਦੇ ਵਿੱਚ ਸਾਰੀ ਡਿਟੇਲ ਦੱਸੀ ਸੀ ਤੁਸੀਂ ਉਹ ਪ੍ਰੀਵੀਅਸ ਵੀਡੀਓ ਸਾਡੀ ਦੇਖ ਸਕਦੇ ਹੋ ਬਾਕੀ ਜਿਹੜੇ ਆਪਣੇ ਵਾਸਤੇ ਜਰੂਰ ਸਾਡੇ YouTube ਚੈਨਲ ਨੂੰ ਜੁਆਇਨ ਕਰੋ ਬਾਕੀ ਜਿਹੜੇ ਆਲਰੇਡੀ ਜੌਬ ਕਰਦੇ ਉਹਨਾਂ ਦਾ ਡਾਟਾ E-ਪੋਰਟਲ ਤੇ ਅਪਡੇਟ ਹੋ ਜਾਣਾ ਹੈ ਤਾਂ ਬਾਕੀ ਹੋਰ ਕੋਈ ਵੀ ਕੁਰੀ ਜਾਂ ਕੁਐਸਚਨ ਹੁੰਦਾ ਹੈ ਉਹ ਤੁਸੀਂ ਸਾਨੂੰ WhatsApp ਤੇ ਜਾਂ Instagram ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਸੋ ਥੈਂਕ ਯੂ ਫਰੈਂਡਸ ਵਾਚਿੰਗ ਦਿਸ ਵੀਡੀਓ ਐਂਡ ਫॉर ਯਰ ਵੈਲੇਬਲ ਟਾਈਮ